ਮੇਰਾ ਨਾਮ ਗੁਰਜੰਟ ਸਿੰਘ ਹੈ ਜੀ। ਦੇਖੋ ਜੀ, ਅਸੀਂ ਕਾਨੇ ਕੇ ਸਾਰੇ ਨਗਰ ਨੇ ਔਰ ਸਪੋਰਟਸ ਡਿਪਾਰਟਮੈਂਟ ਨੇ, ਕਾਨੇ ਕੇ ਗੌਰਮੈਂਟ ਸਕੂਲ ਦੇ ਸਾਰੇ ਬੱਚਿਆਂ ਨੇ ਇਕੱਠੇ ਹੋ ਕੇ ਅਕਸ਼ਦੀਪ ਦੀ ਅਰਦਾਸ ਕੀਤੀ ਹੈਗੀ ਵੀ ਉਹਦੀ ਕੱਲ੍ਹ ਨੂੰ ਜਿਹੜੀ ਪਰਫੋਰਮੈਂਸ ਆ ਉਹ ਇੱਕ ਨੰਬਰ ਆਵੇ ਅਤੇ ਸਾਡੀ ਅਰਦਾਸ ਜਿਹੜੀ ਕੀਤੀ ਆ ਉਹ ਪੂਰਨ ਹੋਵੇ ਅਤੇ ਪੂਰੇ ਇੰਡੀਆ ਨੂੰ, ਪੂਰੇ ਪੰਜਾਬ ਨੂੰ ਇਸ ਚੀਜ਼ 'ਤੇ ਮਾਣ ਹੋਵੇ। ਦੇਖੋ ਜੀ, ਅੱਜ ਸਾਡੇ ਨਗਰ ਤੋਂ ਸਾਰੀਆਂ ਸੰਸਥਾਵਾਂ, ਸਾਰੇ ਕਲੱਬ, ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਆਪਣੀ ਸਾਰੀਆਂ ਪਾਰਟੀਆਂ ਅਤੇ ਨਗਰ ਪੰਚਾਇਤ ਨੇ ਇੱਕ ਹੋ ਕੇ ਅਤੇ ਸਾਰੀ ਸਪੋਰਟ ਡਿਪਾਰਟਮੈਂਟ ਨੇ ਆ ਕੇ ਪਰਮਾਤਮਾ ਅੱਗੇ ਅਕਸ਼ੂ ਦੀ ਵਧੀਆ ਗੇਮ ਜ ਪਰਫੋਰਮੈਂਸ ਹੋਣ ਲਈ ਅਰਦਾਸ ਕੀਤੀ ਆ ਅਤੇ ਇਹ ਸਾਡੇ ਪਿੰਡ ਦੀ, ਪੂਰੇ ਜ਼ਿਲ੍ਹੇ ਦੀ, ਪੰਜਾਬ ਦੀ ਅਤੇ ਇੰਡੀਆ ਦੀ ਅਰਦਾਸ ਪਰਮਾਤਮਾ ਪੂਰੀ ਕਰੇ ਅਤੇ ਅਕਸ਼ ਨੂੰ ਕੱਲ੍ਹ ਪਰਫੋਰਮੈਂਸ ਬਹੁਤ ਵਧੀਆ ਹੋਵੇ ਅਤੇ ਇੰਡੀਆ ਦੀ ਝੋਲੀ ਇੱਕੋ ਤਿੰਨਾਂ 'ਚੋਂ ਇੱਕ ਮੈਡਲ ਪਾਵੇ, ਸਾਨੂੰ ਪੂਰੀ ਉਮੀਦ ਹੈ ਜੀ। ਸੋ ਪਿੰਡ ਲਈ ਬਹੁਤ ਵੱਡੇ ਮਾਣ ਦੀ ਗੱਲ ਹੈ ਜੀ, ਜਿਹੜਾ ਅਕਸ਼ਦੀਪ ਜੀ ਸਾਡੇ ਪਿੰਡ ਦੇ ਨੌਜਵਾਨ 25 ਸਾਲਾ ਪੈਰਿਸ ਦੇ ਵਿੱਚ ਓਲੰਪਿਕ ਵਾਸਤੇ ਉਹਨਾਂ ਦੀ ਸਿਲੈਕਸ਼ਨ ਹੋਈ ਹੈ। ਸੋ ਸਾਰਾ ਪਿੰਡ ਅੱਜ ਖੁਸ਼ੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਉਹ ਓਲੰਪਿਕ ਤੋਂ ਪੈਰਿਸ ਦੇ ਵਿੱਚੋਂ ਗੋਲਡ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਦੇ ਵਿੱਚ ਪਾਉਣ ਅਤੇ ਪਿੰਡ ਦਾ ਨਾਮ ਹੋਰ ਰੌਸ਼ਨ ਕਰਨ ਅਤੇ ਹੋਰ ਬੁਲੰਦੀਆਂ 'ਤੇ ਪਹੁੰਚਣ। ਜਿਸ ਤਰ੍ਹਾਂ ਉਹਨਾਂ ਦੇ ਮਾਤਾ ਜੀ ਅਤੇ ਫਾਦਰ ਸਾਹਿਬ ਟਰਾਈਡੈਂਟ ਦੇ ਵਿੱਚ ਜੋਬ ਕਰਦੇ ਨੇ, ਪਹਿਲਾਂ ਉਹ ਆਪ ਵੀ ਗੇਮ ਦੇ ਵਿੱਚ ਇੰਟਰਸਟਡ ਸੀ। ਅਕਸ਼ਦੀਪ ਨੂੰ ਬਾਕ ਦੇ ਵਿੱਚ ਇੰਟਰਸਟ ਬਣਿਆ ਅਤੇ ਬਹੁਤ ਜ਼ਿਆਦਾ ਮਿਹਨਤ ਕਰਕੇ ਇੱਕ ਆਮ ਘਰ ਦੇ ਵਿੱਚੋਂ ਨੌਜਵਾਨ ਉੱਠ ਕੇ ਅੱਜ ਪੰਜਾਬ ਦੇ ਵਿੱਚੋਂ ਉਹ ਇਕੱਲਾ ਜਿਹੜਾ ਬਾਕ ਰੇਸ ਦੇ ਵਿੱਚ ਉਹਦੀ ਸਿਲੈਕਸ਼ਨ ਹੋਈ ਹੈ ਓਲੰਪਿਕ ਲਈ, ਉਹ ਅਕਸ਼ ਲਈ ਵੱਡੇ ਮਾਣ ਵਾਲੀ ਗੱਲ ਹੈ। ਤੋ ਆਸ ਕਰਦੇ ਹਾਂ ਕਿ ਉਹ ਓਲੰਪਿਕ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰ। ਹਾਂਜੀ, ਸਭ ਤੋਂ ਵੱਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਮੈਂ, ਸਾਰੇ ਨਗਰ ਦਾ। ਸਭ ਤੋਂ ਵੱਡੀ ਖੁਸ਼ੀ ਸਾਨੂੰ ਇਹ ਹੋਈ ਹੈ, ਸਾਡਾ ਛੋਟੇ ਜਿਹੇ ਘਰ ਵਿੱਚੋਂ ਉੱਠ ਕੇ ਬੱਚਾ ਅਤੇ ਬਹੁਤ ਸਧਾਰਨ ਮੱਧ ਵਰਗ ਬੱਚਾ ਹੈਗਾ, ਪਰਿਵਾਰ ਦਾ ਸਾਡਾ ਬੱਚਾ ਹੈਗਾ ਅਤੇ ਓਲੰਪਿਕ ਵਿੱਚ ਕੁਆਲੀਫਾਈ ਹੋ ਕੇ ਉਸ ਵਿੱਚ ਭਾਗ ਲੈ ਰਿਹਾ, ਜੋ ਕਿ ਪੈਰਿਸ ਵਿੱਚ ਅੱਜ ਓਲੰਪਿਕ ਖੇਡਾਂ ਹੋ ਰਹੀਆਂ ਨੇ। ਅਤੇ ਉਸ ਤੋਂ ਬਾਅਦ ਅਸੀਂ ਅੱਗੇ, ਅਸੀਂ ਤਾਂ ਪੇਰੈਂਟਸ ਹਾਂ, ਇਸ ਦਾ ਧੰਨਵਾਦ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਸਾਡਾ ਜੋ ਇੰਨਾ ਲਾਇਕ ਬੱਚਾ ਇਸ ਮੁਕਾਮ 'ਤੇ ਪਹੁੰਚਿਆਗਾ। ਅੱਜ ਸਾਰੇ ਨਗਰ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਸਾਰਿਆਂ ਨੇ ਮਿਲ ਕੇ ਇਹੀ ਅਰਦਾਸ ਕੀਤੀ ਆ ਕਿ ਬੱਚਾ ਕੱਲ੍ਹ ਨੂੰ ਮੈਡਲ ਲੈ ਕੇ ਆਵੇ, ਅਤੇ ਸ਼ੁਭਕਾਮਨਾਵਾਂ ਸਾਰਿਆਂ ਦੀਆਂ ਨਾਲ ਰਹਿਣ ਬੱਚੇ ਦੇ। ਬਹੁਤ ਜ਼ਿਆਦਾ ਉਤਸ਼ਾਹ ਆ ਜੀ, ਅੱਜ ਦੇਖਣ ਵਿੱਚ ਮਿਲ ਰਿਹਾ ਹੈਗਾ ਕਿ ਸਾਰੇ ਪਿੰਡ ਦੇ ਲੋਕ ਆ ਜਿਹੜੇ ਸਾਡੇ ਨਾਲ ਖੜ੍ਹੇ ਆ, ਸਾਰੇ ਜ਼ਿਲ੍ਹੇ ਦੇ, ਅਤੇ ਸਾਰਾ ਪੰਜਾਬ ਇਹੀ ਦੁਆਵਾਂ ਕਰ ਰਿਹਾ ਹੈਗੇ ਕੱਲ੍ਹ ਨੂੰ ਅਕਸ਼ਦੀਪ ਓਲੰਪਿਕ ਵਿੱਚ ਮੈਡਲ ਜ਼ਰੂਰ ਪ੍ਰਾਪਤ ਕਰੇ। ਦੇਖੋ ਜੀ, ਸਾਰੇ ਇਹ ਅਕਸ਼ਦੀਪ ਹੈ ਜਿਹੜਾ ਪਿੰਡ ਕਾਨੇਕਿਆ ਦਾ ਜੰਪਲ ਹੈ, ਇੱਥੇ ਅੱਜ ਕਾਨੇਕਿਆ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਅਫਸਰ ਸਾਹਿਬਾਨ, ਸਮੂਹ ਨਗਰ, ਜਿੰਨੇ ਵੀ ਮਤਲਬ ਲੋਕ ਇੱਥੇ ਜੁੜੇ ਨੇ ਉਹਦੀ ਅਰਦਾਸ ਲਈ, ਕਿਉਂਕਿ ਉਹਦੀ ਜਿਹੜੀ ਓਲੰਪਿਕ ਪੈਰਿਸ ਦੇ ਵਿੱਚ ਕੱਲ੍ਹ 11 ਵਜੇ ਉਹਦਾ ਈਵੈਂਟ ਸਟਾਰਟ ਹੋਣਾ, ਉਹਦੀ ਅਰਦਾਸ ਬੇਨਤੀ ਦੇ ਵਿੱਚ ਵੀ ਪੈਰਿਸ ਓਲੰਪਿਕ ਦੇ ਵਿੱਚੋਂ ਉਹ ਗੋਲਡ ਮੈਡਲ ਪ੍ਰਾਪਤ ਕਰੇ ਅਤੇ ਪੰਜਾਬ ਅਤੇ ਭਾਰਤ ਦੀ ਝੋਲੀ ਮੈਡਲ ਪਾਵੇ। ਦੇਖੋ ਸਰ, ਜਿੰਨਾ ਇੱਥੇ ਦੇਖਣ ਨੂੰ ਮਿਲਿਆ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਗਰ ਪੂਰੇ ਪੰਚਾਇਤ ਤੋਂ ਅਤੇ ਜਿਹੜੇ ਅਫਸਰ ਸਾਹਿਬਾਨ, ਜ਼ਿਲ੍ਹਾ ਖੇਡ ਅਫਸਰ ਅਤੇ ਕੋਚੇ ਸਾਹਿਬਾਨ ਇਕੱਠੇ ਹੋਏ ਨੇ, ਇਹ ਇੱਕ ਸਾਂਝੀਵਾਲਤਾ ਦਾ ਸੰਦੇਸ਼ ਵੀ ਹੈ ਨਾਲ। ਦੇਖੋ ਜੀ, ਜੇ ਅਸੀਂ ਜਿਵੇਂ ਅਸੀਂ ਪਹਿਲਾਂ ਰਾਂਚੀ ਦੇ ਵਿੱਚ ਇੰਡੀਆ ਰਿਕਾਰਡ ਕੀਤਾ 1 ਘੰਟਾ 19 ਮਿੰਟਾਂ ਦਾ,
ਜੇ ਅਸੀਂ ਉਹ ਰੇਸ ਨੂੰ ਰਿਪੀਟ ਕਰਦੇ ਹਾਂ ਤਾਂ ਡੈਫੀਨੇਟਲੀ ਅਸੀਂ ਪਹਿਲੇ ਤਿੰਨਾਂ ਦੇ ਵਿੱਚ ਸਾਡਾ ਪੈਰਿਸ ਤੋਂ ਮੈਡਲ ਪੱਕਾ ਹੈ। ਸ਼ੁਭਕਾਮਨਾ ਮੈਂ ਇਹ ਹੈ ਵੀ ਕੱਲ੍ਹ ਦੀ ਜਿਹੜੀ ਰੇਸ ਹੈ ਉਹ ਮਤਲਬ ਇੱਕ ਪੂਰੇ ਕੰਟਰੋਲ ਦੇ ਨਾਲ ਅਤੇ ਇੱਕ ਆਪਣੇ ਆਪ ਨਾਲ ਮਤਲਬ ਕਰਕੇ, ਕਿਉਂਕਿ ਪ੍ਰੈਕਟਿਸ ਉਹਨੇ ਬਹੁਤ ਵਧੀਆ ਕੀਤੀ ਹੋਈ ਹੈ, ਸੋ ਇਹ ਉਹਨੂੰ ਸ਼ੁਭਕਾਮਨਾਵਾਂ ਹੈ ਕਿ ਉਹ ਪੈਰਿਸ ਦੇ ਵਿੱਚੋਂ ਮੈਡਲ ਲਿਆ ਕੇ